ਫਾਜ਼ਿਲਕਾ ਦੇ ਪਿੰਡ ਤਾਜਾ ਪੱਟੀ ਦੇ ਕੋਲ ਵਜੀਦਪੁਰ ਮਾਈਨਰ ਨਹਿਰ 'ਚ ਅੱਜ ਕਰੀਬ 20 ਫੁੱਟ ਪਾੜ ਪੈ ਗਿਆ, ਜਿਸ ਦੇ ਚਲਦੇ ਨਾਲ ਲੱਗਦੀ ਕਰੀਬ 50 ਏਕੜ ਜ਼ਮੀਨ 'ਚ ਪੱਕੀ ਹੋਈ ਝੋਨੇ ਦੀ ਫਸਲ ਤਬਾਹ ਹੋ ਗਈ ਹੈ, ਜਿਸ ਤੋਂ ਬਾਅਦ ਪਿੰਡ ਦੇ ਕਿਸਾਨ ਖੁਦ ਹੀ ਮਿੱਟੀ ਦੇ ਗੱਟੇ ਭਰ ਕੇ ਨਹਿਰ 'ਚ ਪਏ ਪਾੜ ਨੂੰ ਭਰਨ ਲਈ ਜਦੋਜਹਿਦ ਕਰ ਰਹੇ ਨੇ। ਓਵਰ ਫਲੋ ਕਰਨ ਟੁੱਟੀ ਹੈ ਕਿ ਨਹਿਰ ਬੰਦ ਕੀਤੀ ਗਈ ਹੈ ਪਿੱਛੋਂ? ਅਜੇ ਤਾਂ ਨਹੀਂ ਕੀਤੀ ਗਈ। ਕਿੰਨੇ ਵਜੇ ਨਹਿਰ ਟੁੱਟੀ ਹੈ? 4 ਵਜੇ ਟੁੱਟੀ ਹੈ। ਤੇ ਕਿੰਨਾ ਨੁਕਸਾਨ ਹੋਇਆ ਤੁਹਾਡੇ? 50 ਕਿੱਲੇ ਝੋਨਾ ਡੁੱਬ ਗਿਆ ਸਰ। ਕੀ ਮੰਗ ਕਰਦੇ ਹੋ ਸਰਕਾਰ ਤੋਂ? ਸਰਕਾਰ ਤੋਂ ਮਦਦ ਮੰਗਦੇ ਹਾਂ, ਕੋਈ ਦੇਊਗਾ ਤਾਂ। ਇਹ ਪਹਿਲਾਂ ਸਹਿਮਤੀ ਸੀਗੀ ਮਾੜੀ ਮੋਟੀ, ਸੀਮੈਂਟ ਨਹੀਂ ਲਾਇਆ ਗਿਆ, ਉਹਦਾ ਕਰਕੇ ਨਹਿਰ ਟੁੱਟ ਗਈ। 4 ਵਜੇ ਦੀ ਟੁੱਟੀ ਹੈ, ਹਜੇ ਤਾਂ ਬੰਦ ਕੀਤੀ ਨਹੀਂ ਗਈ। ਕਿੰਨਾ ਨੁਕਸਾਨ ਹੋਇਆ ਤੁਹਾਡੇ ਜੀ? ਹੈਗਾ 50 ਕਿੱਲੇ ਨੁਕਸਾਨ, ਝੋਨਾ ਡੁੱਬ ਗਿਆ, ਪੱਕਿਆ ਪਿਆ ਸੀ। ਕੋਈ ਪ੍ਰਸ਼ਾਸਨ ਅਧਿਕਾਰੀ ਇੱਥੇ ਪਹੁੰਚਿਆ ਸੀਗਾ ਜੀ? ਕੋਈ ਨਹੀਂ ਆਇਆ, ਕਮੇਟ ਆਇਆ, ਹੋਰ ਕੋਈ ਨਹੀਂ ਆਇਆ ਜੀ। ਉੱਥੇ ਹੀ ਮੌਕੇ ਤੇ ਪਹੁੰਚੇ ਨਹਿਰ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਕੋਲ ਏਰੀਆ ਬਹੁਤ ਜ਼ਿਆਦਾ ਹੈ ਤੇ ਇਹ ਪਾੜ ਮੋਗੇ ਬੰਦ ਕਰਨ ਦੇ ਕਾਰਨ ਹੋਇਆ ਤੇ ਜਲਦੀ ਇਸ ਨੂੰ ਭਰ ਲਿਆ ਜਾਵੇਗਾ। ਪਾਣੀ ਜ਼ਿਆਦਾ ਕਰਕੇ ਜਾਂ ਮੋਗੇ ਬੰਦ ਕਰਨ ਦੇ ਇਸ ਕਰਕੇ ਟੁੱਟੀ ਹੈ। ਅਸੀਂ ਬਈ ਬਣਾਈ ਜਾਂਦੇ ਹਾਂ, ਮੇਟ ਹੈ ਕੋਈ, ਇੱਕ ਨਹਿਰ ਤਾਂ ਹੈ ਨਹੀਂ, ਹੁਣ ਸਰਾਵਾਂ ਹੇਠ ਤੱਕ ਇਲਾਕਾ ਹੈ, ਸਾਡੀ ਵੱਡੀ ਨਹਿਰ ਵੀ ਸੰਭਾਲ ਕੇ ਆਏ ਹਾਂ ਤੇ ਇੱਥੇ ਸਾਡੇ ਬੰਦੇ ਆ ਗਏ ਸੀਗੇ ਇੱਥੇ ਕੰਮ। ਫਾਜ਼ਿਲਕਾ ਤੋਂ ਰਣਜੀਤ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀ। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ ਸਿਆਸੀ 4।